ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਕਾਲੀ ਅਨਿਸ਼ 27 ਤਰੀਕ ਨੂੰ ਦਿੱਲੀ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋਣ ਆਲੇ ਨੇ ਅੱਗੇ ਕੀ ਕਿਆ ਕੁਝ ਹੋਏਗਾ ਉਹ ਡਿਸਾਈਡ ਹੋਏਗਾ ਉਸ ਤੋਂ ਪਹਿਲਾਂ ਅੱਜ ਜਿਹੜੀ ਕੋਰ ਕਮੇਟੀ ਹੈ ਉਹਨਾਂ ਦੀ ਬੈਠਕ ਹੋਈ ਹੈ ਇਹ ਸਾਰੇ ਕੋਰ ਕਮੇਟੀ ਦੇ ਮੈਂਬਰ ਜਿਹੜੇ ਇੱਥੇ ਖੜੇ ਨੇ ਕੱਲ ਦੀ ਰੂਪਰੇਖਾ ਵੀ ਤੈਅ ਹੋ ਰਹੀ ਹੈ ਗੱਲਬਾਤ ਕਰਾਂਗੇ ਸਾਰੀਆਂ ਚੀਜ਼ਾਂ ਸਮਝਾਂਗੇ ਤੇ ਦੂਜਾ ਮਾਲ ਗੱਡੀਆਂ ਤੇ ਆ ਜਿਹੜਾ ਰੇਲਵੇ ਨੇ ਮਨਾ ਕਰਤਾ ਉਹਦੇ ਤੇ ਵੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਵੀ ਐਮ ਸਿੰਘ ਜੀ ਹੁਣ ਰੇਲਵੇ ਨੇ ਕਿਹਾ ਤਾਂ ਮਾਲ ਗੱਡੀਆਂ ਸੀ ਨਹੀਂ ਚਲਾਨੀਆਂ ਜਦੋਂ ਤੱਕ ਕਿਸਾਨ ਟਰੈਕ ਖਾਲੀ ਨਹੀਂ ਕਰਦੇ ਤੇ ਦੂਜਾ ਕੱਲ ਦੀ ਰੂਪਰੇਖਾ ਵੀ ਕੀ ਰਹੇਗੀ ਟਰੈਕ ਖਾਲੀ ਨਹੀਂ ਕਰਦੇ ਮਤਲਬ ਕੀ ਹੋਇਆ ਜਥੇਬੰਦੀਆਂ ਨੇ ਨਿਰਣੇ ਕਰ ਲਿਆ ਟਰੈਕ ਖਾਲੀ ਕਰ ਦਿੱਤੇ ਨੇ ਹੁਣ ਜਿਹੜੀ ਹੈ ਨਾ ਇਹ ਤੁਹਾਡੀ ਕੇਂਦਰ ਸਰਕਾਰ ਉਹਦੀ ਨੀਅਤ ਸਾਫ਼ ਨਹੀਂ ਹੈ ਇਹ ਕੇਵਲ ਇਹ ਚਾਹੁੰਦੇ ਨੇ ਕਿ ਅੱਧ ਦੀ ਤਰਿਕ ਆਮ ਆਦਮੀ ਦੁਖੀ ਹੋ ਜਾਵੇ ਉਹਨੂੰ ਕਹੋ ਕਿ ਜਿਹੜਾ ਹੈਗਾ ਕਿਸਾਨ ਜਿਹੜਾ ਹੈ ਟਰੈਕ ਤੇ ਬੈਠਾ ਸੀ ਕਰ ਨਹੀਂ ਸਕਦੇ ਹਾਂ ਟਰੈਕ ਖਾਲੀ ਨੇ ਤੁਹਾਨੂੰ ਕਿਦਾਂ ਟਰੈਕ ਖਾਲੀ ਕਰਾਈਏ ਉੱਥੇ ਗੰਗਾ ਜਲ ਲੈ ਕੇ ਆਈਏ ਸਾਫ਼ ਕਰਾਈਏ ਕੀ ਕਰੀਏ ਭਈ ਤੁਹਾਡੀ ਨੀਅਤ ਖਰਾਬ ਹੈਗੀ ਹੈ ਤੁਹਾਡੀ ਨੀਅਤ ਠੀਕ ਨਹੀਂ ਹੈਗੀ ਇਹ ਆ ਟਰੈਕ ਖਾਲੀ ਨੇ ਟਰੈਕ ਖਾਲੀ ਕਿਉਂ ਕੀਤੇ ਨੇ ਇਸ ਕਰਕੇ ਕੀਤੇ ਨੇ ਉੱਥੇ ਜਥੇਬੰਦੀਆਂ ਨੇ ਇੱਕ ਡਿਸੀਜਨ ਲਿਆ ਹੈਗਾ ਕਿ ਭਈ ਕਿਸੇ ਨੂੰ ਦਿੱਕਤ ਨਾ ਆਵੇ ਕਿਸੇ ਕਾ ਕੋਲੇ ਦੀ ਦਿੱਕਤ ਆ ਰਹੀ ਹੈ ਕਿਸੇ ਕੇ ਅੱਗੇ ਜਿਹੜਾ ਅਗਲੇ ਸਵੇਰੇ ਨੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਤਿਸੇ ਕਾ ਵੀ ਖਾਦ ਨਹੀਂ ਆ ਰਹੀ ਹੈ ਹਰ ਚੀਜ਼ ਨੂੰ ਦੇਖਦੇ ਹੋਏ ਤੇ ਟਰੈਕ ਖਾਲੀ ਕਰਨ ਦਾ ਕੰਮ ਕੀਤਾ ਹੈਗਾ ਤੇ ਹੁਣ ਤਿਸੇ ਪਹਿਲੇ ਇਹ ਤਾਂ ਕਹਿੰਦੀ ਸੀ ਸੈਂਟਰਲ ਗਵਰਨਮੈਂਟ ਕਿ ਟਰੈਕ ਖਾਲੀ ਕਰੋ ਹੁਣ ਕਰ ਦਿੱਤੇ ਨੇ ਤੇ ਗੱਡੀਆਂ ਚਲਾ ਰਹੇ ਤੁਹਾਡਾ ਕੰਮ ਹੈ ਕੇਵਲ ਬਦਨਾਮ ਕਰਨਾ ਕਿਸਾਨਾਂ ਨੂੰ ਬਦਨਾਮ ਕਰਨ ਦੇ ਇਲਾਵਾ ਤੁਹਾਡੇ ਕੋਲ ਦੂਜਾ ਕੋਈ ਮੁੱਦਾ ਹੀ ਨਹੀਂ ਹੈਗਾ ਤੁਸੀਂ ਪਟਕਾਣਾ ਚਾਹੁੰਦੇ ਹੋ ਤੁਹਾਡੇ ਬਿੱਲਾਂ ਤੋਂ ਇਹ ਬਿੱਲ ਕਰਕੇ ਤਾਂ ਸਾਰੇ ਹੋ ਰਿਹਾ ਹੈ ਸਾਨੂੰ ਇਹ ਬਿੱਲ ਪਸੰਦ ਨਹੀਂ ਹੈਗੇ ਇਹ ਕਾਲੇ ਬਿੱਲ ਨੇ ਇਹਨਾਂ ਨੂੰ ਵਾਪਸ ਕਰ ਲਓ ਤੇ ਸਿਰਫ ਬੱਸ ਕਿਤੇ ਨਹੀਂ ਹੈਗੇ ਅਸੀਂ ਟਰੈਕ ਵੀ ਖਾਲੀ ਕਰ ਦਿੱਤੇ ਫਿਰ ਵੀ ਸਾਨੂੰ ਦੱਸੋਗੇ ਕੱਲ ਸਾਰੇ ਇਕੱਠੇ ਹੋ ਰਹੇ ਨੇ ਪੂਰੇ ਦੇਸ਼ ਦੇ ਕਿਸਾਨ ਦਵਾਰਾ ਰਣਨੀਤੀ ਬਣੇਗੀ ਫਿਰ ਅਗਲੇ ਦੇਸ਼ ਦੇ ਕਿਸਾਨ ਨੇਤਾ ਇਕੱਠੇ ਹੋ ਰਹੇ ਨੇ ਕੱਲ ਪੰਜਾਬ ਦੀ ਹਰਿਆਣਾ ਵੀ ਉੱਤਰ ਪ੍ਰਦੇਸ਼ ਵੀ ਬੰਗਾਲ ਵੀ ਮਹਾਰਾਸ਼ਟਰ ਵੀ ਕੇਰਲਾ ਵੀ ਪੂਰੇ ਦੇਸ਼ ਦੇ ਕਿਸਾਨ ਸੰਗਠਨ ਇਕੱਠੇ ਹੋ ਰਹੇ ਨੇ ਕੱਲ ਇੱਕ ਨੀਤੀ ਅੱਗੇ ਬਣੇਗੀ ਜਿਹਦੇ ਨਾਲ ਇਫੈਕਟਿਵ ਕੰਮ ਹੋਵੇ ਮੋਦੀ ਸਰਕਾਰ ਦਾ ਇਹ ਨਾ ਹੋਵੇ ਕਿ ਉਹਨੇ ਲੱਗੇ ਵੀ ਇੱਕ ਦਿਨ ਆਏ ਤੇ ਫਿਰ ਬਾਤ ਚਲੇ ਗਏ ਇੱਕ ਆਮਨਾ ਹੋਵੇ ਇਫੈਕਟਿਵ ਜਿਹਾ ਕੰਮ ਹੋਵੇ ਤੇ ਕਿਸਾਨਾਂ ਦੇ ਬਿੱਲ ਵੀ ਵਾਪਸ ਹੋਣ ਤੇ ਇਹ ਕੰਮ ਕਿਉਂ ਨਹੀਂ ਕਰਦੇ ਮੋਦੀ ਜੀ ਅੰਮਨੇ ਸਾਹਮਣੇ ਕਿਉਂ ਨਹੀਂ ਬਹਿ ਜਾਂਦੇ ਟੰਡੋਰਾ ਪਿੱਟੀ ਜਾ ਰਹੇ ਨਾਲ ਹਰ ਕਿਤੇ ਅੰਮਨੇ ਸਾਹਮਣੇ ਬਹਿ ਜਾਂ ਸਾਡੇ ਨਾਲ ਗੱਲ ਕਰ ਲੈਣ ਸਾਨੂੰ ਦੱਸ ਦੇਣ ਕਿ ਵੀ ਇਹਦਾ ਫਾਇਦਾ ਕਿੱਥੇ ਆਏਗਾ ਅਸੀਂ ਦੱਸ ਦਈਏ ਨੁਕਸਾਨ ਕਿੱਥੇ ਆਏਗਾ ਤੇ ਉਹਨੂੰ ਇਹ ਕੰਮ ਕਰੋ ਹਰ ਚੈਨਲ 'ਤੇ ਉਹਨੂੰ ਬ੍ਰੋਡਕਾਸਟ ਕਰ ਦਿਓ ਦੇਸ਼ ਆਪਣੇ ਆਪ ਦੇਖ ਲੈ ਕੌਣ ਸੱਚ ਕੌਣ ਝੂਠਾ ਤੁਸੀਂ ਕਰਨਾ ਕੱਖ ਨਹੀਂ ਹੈਗਾ ਕਿਵਲ ਬੇਫਕੂ ਬਣਾਣਾ ਤੇ ਕੰਮ ਹੀ ਚੱਲਦਾ ਨਾ ਤਾਂ ਅ ਸਤਨਾਮ ਜੀ ਤੁਸੀਂ ਦੱਸੋ ਜੇਪੀ ਨੱਡਾ ਹੋਰਾਂ ਦੀ ਸਟੇਟਮੈਂਟ ਵੀ ਆਈ ਕਿ ਵਿਚੋਲिए ਬੈਠੇ ਨੇ ਧਰਨੇ ਤੇ ਕਿਸਾਨ ਨਹੀਂ ਬੈਠੇ ਨੇ ਦੂਜੀ ਗੱਲ ਜੇ ਰੇਲਵੇ ਟਰੈਕ ਦੀ ਗੱਲ ਹੋਈ ਹੈ ਉਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਟੇਸ਼ਨਾਂ ਤੇ ਹਲੇ ਵੀ ਬੈਠੇ ਹੋਏ ਨੇ ਟਰੈਕ ਭਲੇ ਖਾਲੀ ਹੋਣ ਮੈਂ ਡਾਕਟਰ ਸਤਨਾਮ ਸਿੰਘ ਨਾਲਾ ਸੂਬਾ ਪ੍ਰਧਾਨ ਜ਼ਮੋਰੀ ਕਿਸਾਨ ਸਭਾ ਪੰਜਾਬ ये वो जथेबंदी है जी आल इंडिया किसान संघर्ष तालमेल कमेटी के नाम शामिल है वी एम सी से जो साढ़े बड़े नेता उनके साथ काम करती है असी पंजाब वालों ने जो पहले अंदोलन रेल का शुरू किया पहली अक्तूबर से असी ट्वेंटी वन अक्टूबर को फैसला कर लिया कि किसान के हितों के लिए देश के हित के लिए पंजाब की जो गेहूँ है टू हंड्रेड फोर्टी लैख क्विंटल गोदामों में पड़ी हुई है उसको लिफ्ट करने के लिए और जो जरूरी आद चीज़ें हैं खाद है और सामग्री है कोला है बिजली के लिए उनको लाने के लिए हमने ट्रैक खाली किए हुए हैं इक्की तरीक रात खाली ने सो इन्होंने जान बुझ के जड़ियाँ दोबारा रेल बंद कर दी गुड ट्रेन एक किसानों को बदनाम करने के लिए और लोगों को दसने के लिए आप ਮੀਠੂ ਮੀਆਂ ਬਣ ਕੇ ਲਈ ਅਸੀਂ ਐਸਾ ਨਹੀਂ ਹੋਣ ਦਵਾਂਗੇ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਆ ਟ੍ਰੈਕ ਖਾਲੀ ਆ ਇਹਨਾਂ ਜਾਣ ਮੁਰ ਕੇ ਗੁੱਡ ਸਟੇਨ ਜਿਹੜੀਆਂ ਬੰਦ ਕਰਤੀਆਂ ਇਹ ਲੋਕਾਂ ਨੂੰ ਮੁਸ਼ਕਲ ਚ ਪਾਉਣਾ ਚਾਹੁੰਦੇ ਆ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ ਬਾਕੀ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਹ ਹਿਮਾਚਲ ਪ੍ਰਦੇਸ਼ ਨੂੰ ਜੀ ਐਂਡ ਕੇ ਨੂੰ ਰਾਜਸਥਾਨ ਨੂੰ ਇਹ ਚੰਗਾ ਬਣ ਕੇ ਦੱਸਣਾ ਚਾਹੁੰਦੇ ਨਹੀਂ ਇਹ ਵਾਪਸ ਲਾਓ ਬਿੱਲ ਵੇ ਕੋਈ ਨੇ મોદી ਨੇ ਕਿੱਥੇ ਜਾ ਕੇ ਕਿਹਾ ਵੀ ਅਸੀਂ ਇਹ ਬਿੱਲ ਵਾਪਸੀ ਨਹੀਂ ਲੈਣੀ 370 ਤਾਰਾ ਵਾਪਸ ਨਹੀਂ ਲੈਣੀ ਜਦੋਂ ਇਤਰਾ ਮਸਜਿਦ ਤੇ ਚੜ ਕੇ ਕੋਈ ਮੁੱਤੇ ਨਾ ਤੇ ਬਚਦਾ ਨਹੀਂ ਹੁੰਦਾ ਇਸ ਕਰਕੇ ਬਿੱਲ ਵੀ ਵਾਪਸ ਲੈਣੇ ਪੈਣੇ ਆ ਗੁਰਦੁਆਰੇ ਟ੍ਰੇਨਾਂ ਵਿੱਚ ਚਲਾਉਣੀਆਂ ਪੈਣੀਆਂ ਅਸੀਂ ਦੁਬਾਰਾ ਪੰਜਾਬ ਕੇ ਕਿਸਾਨੋ ਨੇ 4 ਤਰੀਕ ਨੂੰ ਮੀਟਿੰਗ ਚੰਡੀਗੜ੍ਹ ਵਿੱਚ ਰੱਖੀ ਹੋਈ ਹੈ ਔਰ ਫੈਸਲਾ ਲੈਣਗੇ ਜੋ ਕੱਲ ਅੱਜ ਮੀਟਿੰਗ ਹੋ ਰਹੀ ਹੈ ਕੱਲ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਜਿਹੜੇ ਹੋਰ ਫੈਸਲੇ ਆ ਉਹਨੂੰ ਸਟਰੈਂਥਨ ਕਰਨੇ ਲਈ 26 27 ਕੋ ਜਿਹੜੀ ਲੱਖਾਂ ਕਿਸਾਨ ਇਹ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੀ ਉਮਰ ਸਾਡੇ ਨੂੰ ਬਹੁਤ ਛੋਟੀ ਆ ਮੇਰੇ ਖਿਆਲ ਜਾਦੀ ਤੋਂ ਬਾਅਦ ਬਿਗੇਸਟ ਟ੍ਰੈਲੀ ਹੋਗੀ ਜਿਹੜੀ ਮੋਦੀ ਦੀ ਕਬਰ ਦੇ ਉੱਤੇ ਕਿਲ ਬਣ ਜਾਏਗੀ ਅਗਲੇ ਵੀ 27 ਤਰੀਕ छब्बीस टू छब्बी नवंबर हाँ किल किल गर, गर देंगे इसको सरकार जीडी इसके पैर उखाड़ देंगे इनको वापस लेने नहीं पाएंगे साढ़ा आंदोलन जारी रहेगा जिन्ना चिर जिन्ना चर अगड़े होकर लड़ाएंगे अगले महीने सत्ताईस तारीख को पूरे इंडिया छब्बीस सत्ताईस को छब्बीस सत्ताईस को ये पूरे हिंदुस्तान के लोग जो है अपना बहुत इससे बड़ा आज तक का जो सबसे बड़ा आंदोलन होगा ये और ये मोदी को ये पता लग जाएगा कि ये आंदोलन किसानों के साथ जो छेड़छाड़ की है किसानों के साथ जो जो इस तरह के गुमराह करके झूठ बोल करके किसानों की कोई राय नहीं ली गई किसी की और अपने मन मर्जी से मन की बात करते करते और ये जो तीन बिल लाया है इन तीन बिलों को यहाँ के हिंदुस्तान के किसान तो क्या बल्कि यहाँ की जनता भी इसको स्वीकार करने नहीं जा रही है और इसके साथ में मजदूर तेज के लोग और यहाँ की आम जनता यानी नब्बे प्रतिशत लोग जो हैं ਕਿਸਾਨਾਂ ਦੇ ਨਾਲ ਖੜੇ ਹੋਏ ਆਂ ਅੱਜ ਇੱਕ ਮੇਰਾ ਆਖਰੀ ਸਵਾਲ ਤੌਰ ਤੋ ਲੈਣਾ ਕਿ ਜੇਪੀ ਨੱਡਾ ਹੋਰਾਂ ਦਾ ਬਿਆਨ ਆਇਆ ਕਿ ਅਸੀਂ ਇਹ ਜਿਹੜੇ ਧਰਨੇ ਤੇ ਬੈਠੇ ਨੇ ਇਹ ਆੜਤੀ ਆ ਵਿਚੋਲੀਏ ਬੈਠੇ ਨੇ ਕਿਸਾਨ ਐਜੀਟੇਟ ਨਹੀਂ ਕਰ ਰਿਹਾ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਪੰਜਾਬ 31 ਕਿਸਾਨ ਜਥੇਬੰਦੀਆਂ ਕੋਲ ਇਹ ਕਿਸਾਨ ਸੰਘਰਸ਼ ਤਾਲਮਿਲ ਕਮੇਟੀ ਹਿੰਦੁਸਤਾਨ ਦੀ ਜਿਹਦੀ ਅੱਜ ਮੀਟਿੰਗ ਹੋਣ ਜਾ ਰਹੀ ਆ ਜੋ ਨੱਡਾ ਦਾ ਬਿਆਨ ਆ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਕਰਦੇ ਆ ਉਹਨਾਂ ਨੂੰ ਸਾਰੇ ਦਲਾਲ ਦਿਸਦੇ ਆ ਅਸੀਂ ਕਹਿੰਨੇ ਆ ਵੀ ਹਿੰਦੁਸਤਾਨ ਦੇ ਕਿਸਾਨ ਆ ਕਿਸਾਨ ਨੂੰ ਭਾਅ ਚਾਹੀਦਾ ਕਿਸਾਨ ਨੂੰ ਮੰਡੀ ਚਾਹੀਦੀ ਆ ਇਹ ਕਿਸਾਨ ਦੀ ਮੰਡੀ ਖੋਹ ਰਿਆ ਕਿਸਾਨ ਦਾ ਜਿਹੜਾ ਭਾਅ ਆ ਉਹਦੇ ਤੇ ਹਮਲਾ ਕਰ ਰਿਆ ਜਿਹੜਾ ਆਮ ਖਪਤਕਾਰ ਆ ਉਹਨੂੰ ਸਸਤੀ ਵਸਤ ਚਾਹੀਦੀ ਆ ਇਹ ਜ਼ਖੀਰੇਵਾਜਾਂ ਨੂੰ ਦੇਸ਼ ਦੇ ਜਿਹੜੇ ਵੱਡੇ ਪੂੰਜੀਪਤੀ ਧਨੀਆਂ ਨੂੰ ਜਿਹੜਾ ਵਾ ਉਹ ਜ਼ਖੀਰੇਬਾਜ਼ੀ ਦੀ ਖੁੱਲੀ ਛੁੱਟੀ ਦੇ ਰਿਆ ਹਰ ਕੰਮ 'ਚ ਦਲਾਲੀ ਕਰ ਰਿਆ ਤੇ ਇਹ ਜਿਹੜਾ ਕਿਸਾਨ ਨੂੰ ਵਿਚੋਲੀਏ ਦੇ ਦਾ ਵਾਸਤਾ ਪਾ ਰਿਆ ਜਦੋਂ ਕਿ ਮਸਲਾ ਇਹ ਨਹੀਂ ਮਸਲਾ ਸਾਰਾ ਹੀ ਅੱਜ ਮਸਲਾ ਵਾ ਵੀ ਅੱਜ ਕਿਸਾਨੀ ਮਰ ਰਹੀ ਹੈ ਕਿਸਾਨ ਦੇ ਪੰਜਾਬ ਦੇ ਕਿਸਾਨਾਂ ਨੇ ਲੜ ਕੇ ਲੜਾਈ ਜਿਹੜੀ ਲੜੀ ਆ ਲਗਾਤਾਰ ਅੰਦੋਲਨ ਕੀਤਾ ਉਸ ਅੰਦੋਲਨ ਦੇ ਸਦਕਾ ਇਹ ਗਠਜੋੜ ਦੇ ਜਿਹੜੇ ਮੰਤਰੀ ਆ ਜਿਹੜੇ ਪਹਿਲਾਂ ਉਹਨਾਂ ਹੱਕ ਦੇ ਵਿੱਚ ਬੋਲਦੇ ਸੀ ਉਹਨਾਂ ਨੂੰ ਅਸਤੀਫਾ ਦੇਣੇ ਪਿਆ ਸਾਡੇ ਕਿਸਾਨਾਂ ਦੇ 11 ਸ਼ਹੀਦ ਹੋ ਚੁੱਕੇ ਆ ਅਸੀਂ ਸ਼ਹੀਦियां ਪ੍ਰਾਪਤ ਕਰਕੇ ਵੀ ਲਾਈਨਾਂ ਦੇ ਉੱਤੇ ਸਾਰੇ ਸਾਰੇ ਲੋਕਾਂ ਨੂੰ ਬਹਿ ਕੇ ਵੀ ਇਹ ਫੈਸਲਾ ਕੀਤਾ ਜਦੋਂ ਤੱਕ ਅਸੀਂ ਇਹ ਵਾਪਸ ਨਹੀਂ ਕਰਾ ਲੈਂਦੇ ਉਦੋਂ ਤੱਕ ਲੜਾਂਗੇ ਪਰ ਜਿਸ ਦਿਨ ਪੰਜਾਬ ਦੀ ਅਸੈਂਬਲੀ ਦੇ ਵਿੱਚੋਂ ਮਤਾ ਆਇਆ ਉਸ ਤੋਂ ਬਾਅਦ ਦੇ ਵਿੱਚ ਜਿੱਥੇ ਬੰਦੀਆਂ ਨੇ ਪੰਜਾਬ 'ਚ ਫੈਸਲਾ ਕਰਕੇ ਚਾਰ ਤੱਕ ਅੰਦੋਲਨ ਮੁਲਤਵੀ ਕੀਤਾ ਉਸ ਦਿਨ ਤੋਂ ਲਾਈਨਾਂ ਖਾਲੀ ਐ ਬਿਲਕੁਲ ਖਾਲੀ ਐ ਇਸ ਕਰਕੇ ਜੇ ਜੇ ਸਰਕਾਰ ਕਰ ਰਹੀ ਆ ਉਹ ਸਿਰਫ ਬਦਨਾਮ ਕਰਨ ਲਈ ਕਰ ਰਹੀ ਆ ਇਸ ਕਰਕੇ ਇਹ ਦੇ ਮਗਰ ਸਾਜ਼ਿਸ਼ ਆ ਇਸ ਤਰ੍ਹਾਂ ਦੀਆਂ ਸ਼ਾਸ਼ਾਂ ਸ਼ਰਾਰਤੀ ਅੰਸਰਾਂ ਨੂੰ ਭੇਜ ਕੇ ਆਪਾਂ ਅਸੀਂ ਸਮਝਦੇ ਹਾਂ ਹਿੰਦੁਸਤਾਨ ਦੇ ਵਿੱਚ ਯੂਪੀ ਦੇ ਵਿੱਚ ਸਭ ਤੋਂ ਵੱਧ ਦਲਤਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਉੱਥੇ ਰੇਪ ਹੋ ਰਿਹਾ ਹੈ ਪਰ ਉੱਥੇ ਕਿਸਾਨਾਂ ਨਾਲ ਟਕਰਾਅ ਕਰਾਉਣ ਲਈ ਜਾਣ ਬੁੱਝ ਕੇ ਡਾਕਟਰ ਭੀਮਰਾਓ ਅਬੇਦਕਾਰ ਸਾਹਿਬ ਦੇ ਬੁੱਤ ਤੇ ਹਾਰ ਪਾਉਣ ਦਾ ਡਰਾਮਾ ਕਰਦੇ ਆ ਕਦੀ ਉੱਥੇ ਜਿਹੜਾ ਵੱਧ ਵੱਧ ਦਲਤਾ ਤੇ ਹਮਲੇ ਦੀ ਗੱਲ ਕਰਦੇ ਆ ਜਦੋਂ ਕਿ ਅੱਜ ਮੁੱਖ ਮੁੱਦਾ ਕਿਸਾਨੀ ਦਾ ਮੁੱਦਾ ਆ ਇਸ ਕਰਕੇ ਅਸੀਂ ਉਸ ਗੱਲ ਦੇ ਉੱਤੇ ਲੜ ਰਹੇ ਹਾਂ ਔਰ ਲੜਾਂਗੇ ਕਾਨੂੰਨ ਵਾਪਸ ਕਰਾ ਕੇ ਆਟਾਂ ਬਿਲਕੁਲ ਕਿਸਾਨ ਜਥੇਬੰਦੀ ਨੇ ਇਹੀ ਕਹਿਣਾ ਹੈ ਕਿ ਕਾਨੂੰਨ ਵਾਪਸ ਕਰਾਇਆ ਜਾਏਗਾ ਅਗਲੇ ਮਹੀਨੇ 26 ਤੋਂ 27 ਤਰੀਕ ਨੂੰ ਪੂਰਾ ਭਾਰਤ ਬੰਦ ਰਹੇਗਾ ਪੂਰੇ ਭਾਰਤ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਕੱਲ ਵੀ ਇੱਕ ਵੱਡੀ ਮੀਟਿੰਗ ਕੀਤੀ ਜਾ ਰਹੀ ਜਿਹਦੇ ਵਿੱਚ ਅਗਲੇ ਫੈਸਲੇ ਲਏ ਜਾਨਗੇ ਦਿਲਦ ਕੈਮਰਾ ਨੇ ਲਖਸ਼ਨਾ ਲੇ ਤੇ ਨਿਮੰਦਨਾਂਕੀਸ਼ਵਰ ਰੇਡੀਓ ਆਲ ਵਾਰਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਨਾ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬੰਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 8437494647 8437494648